ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਨੇ ਮਸਾਜ ਪਾਰਲਰ ਦੇ ਨਾਂ ਤੇ ਚੱਲ ਰਹੀ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ। ਛਾਪੇ ਦੇ ਦੌਰਾਨ ਪੁਲਿਸ ਨੇ 5 ਲੜਕੀਆਂ ਤੇ 1 ਵਿਅਕਤੀ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਗ੍ਰਿਫਤਾਰ ਕੀਤਾ। ਅੱਜ ਕੱਲ ਦੇਸ਼ ਭਰ ਦੇ ਵਿੱਚ ਮਸਾਜ ਪਾਰਲਰ ਖੋਲੇ ਜਾ ਰਹੇ ਨੇ ਤੇ ਜਿਨ੍ਹਾਂ ਦੀ ਆੜ ਵਿੱਚ ਗਲਤ ਕੰਮ ਕੀਤਾ ਜਾ ਰਿਹਾ ਤੇ ਇਸੇ ਦੇ ਤਹਿਤ ਮੁਕਤਸਰ ਪੁਲਿਸ ਨੇ ਵੀ 1 ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ। ਪੁਲਿਸ ਦਾ ਕਹਿਣਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਛਾਪੇਮਾਰੀ ਕੀਤੀ। ਬਿਲਕੁਲ ਜੀ, ਇਹ ਸਾਨੂੰ ਪਤਾ ਲੱਗਿਆ ਸੀ ਵੀ ਜਿਹੜੇ ਕੁਝ ਮਸਾਜ ਸੈਂਟਰ ਜਿਹੜੇ ਚੱਲ ਰਹੇ ਨੇ ਵੱਖ ਵੱਖ ਨਾਵਾਂ 'ਤੇ, ਪਰ ਅੱਜ ਇਸ ਸੰਬੰਧੀ ਜਿਹੜਾ ਸਰਪ੍ਰਾਈਜ਼ ਚੈਕਿੰਗ ਕੀਤੀ ਤਾਂ ਜਿਹੜਾ ਕੋਟਕਪੂਰਾ ਰੋਡ 'ਤੇ MJ ਮਸਾਜ ਸੈਂਟਰ ਹੈ ਅਤੇ ਜਿੱਥੇ ਜਿਹੜਾ ਅਸੀਂ ਮਤਲਬ ਸਾਨੂੰ ਇਨਫੋਰਮੇਸ਼ਨ ਸੀ ਪੂਰੀ ਤਰ੍ਹਾਂ ਚੈੱਕ ਕਰਕੇ ਉੱਥੇ ਫਰਜ਼ੀ ਗਾਹਕ ਬਣਾ ਕੇ ਭੇਜਿਆ ਗਿਆ ਤਾਂ ਉੱਥੇ ਵਾਕਿਆ ਹੀ ਜਿਹੜਾ ਦੇਹ ਵਪਾਰ ਦਾ ਧੰਦਾ ਮਸਾਜ ਸੈਂਟਰ ਦੇ ਨਾਂ ਹੇਠ ਹੋ ਰਿਹਾ ਸੀਗਾ। ਅਤੇ ਇਸ ਸੰਬੰਧੀ ਅਸੀਂ 5 ਲੇਡੀਜ਼ ਨੂੰ, 1 ਮੇਲ ਮੈਂਬਰ ਨੂੰ ਉੱਥੋਂ ਸਮੇਤ ਜਿਹੜਾ ਅਸੀਂ ਭੇਜਿਆ ਫਰਜ਼ੀ ਗਾਹਕ ਹੈ ਉਹਦੇ ਨੋਟਸ ਅਤੇ ਹੋਰ ਜਿਹੜਾ ਜੋ ਜ਼ਰੂਰੀ ਸੀਮਨ ਵਗੈਰਾ ਉਹਦੇ ਸਮੇਤ ਬਰਾਮਦ ਕਰ ਲਿਆ। ਇਹਦੇ ਸੰਬੰਧੀ ਅਸੀਂ ਕਾਰਵਾਈ ਕੀਤੀ ਜਾ ਰਹੀ ਔਰ ਇਹ ਇੱਥੇ ਵਰਣਨਯੋਗ ਹੈ ਵੀ ਇਹ ਜਿਹੜੀਆਂ ਲੇਡੀਜ਼ ਹੈ ਇਹ ਅਲੱਗ ਅਲੱਗ ਸਟੇਟਸ ਦੀਆਂ ਨੇ। ਦਿੱਲੀ ਤੋਂ ਹੈ ਲੜਕੀ ਜਿਹੜੀ ਇਹਨੂੰ ਮੈਨੇਜ ਕਰ ਰਹੀ ਹੈ ਉਹ ਹੈ, 1 ਲੜਕੀ ਕੈਲਕਟਾ ਤੋਂ ਹੈ, 1 ਹਿਸਾਰ, 2 ਲੜਕੀਆਂ ਹਿਸਾਰ ਦੀਆਂ ਨੇ, 1 ਬਠਿੰਡੇ ਤੋਂ ਹੈ। ਅਲੱਗ ਅਲੱਗ ਸਟੇਟਸ ਤੋਂ ਮਤਲਬ ਇਹ ਗਾਹਕਾਂ ਨੂੰ ਭਰਮਾ ਕੇ ਮਤਲਬ ਪਹਿਲਾਂ ਦਿਖਾ ਕੇ ਵੀ ਕਿਹਦੇ ਨਾਲ ਮਸਾਜ ਕਿਵੇਂ ਕੀ ਕਰਨਾ ਚਾਹੁੰਦਾ, ਇਹ ਸਾਰਾ ਸਿਸਟਮ ਇਹਨਾਂ ਨੇ ਗੋਰਖ ਧੰਦਾ ਚਲਾਇਆ ਹੋਇਆ ਸੀ। ਅੱਜ ਅਸੀਂ ਇਹਦਾ ਪਰਦਾਫਾਸ਼ ਕੀਤਾ। ਕਿੰਨੇ ਦੇਰ ਤੋਂ ਇੱਥੇ ਚੱਲ ਰਿਹਾ ਸੀ? ਇਹ ਰੀਸੈਂਟਲੀ ਥੋੜ੍ਹੇ ਜਿਹੇ ਦਿਨਾਂ ਤੋਂ ਹੀ ਆਇਆ ਤਕਰੀਬਨ, ਕਿਉਂਕਿ ਮਾਘੀ ਮੇਲਾ ਸੀ ਇੱਥੇ, ਨਵੇਂ ਸਾਲ ਦਾ ਫੰਕਸ਼ਨ ਚੱਲਦਾ ਰਿਹਾ, ਮਾਘੀ ਮੇਲਾ ਚੱਲਦਾ ਰਿਹਾ, ਉਦੋਂ ਇੱਥੇ ਕਾਫੀ ਪਬਲਿਕ ਗੈਦਰਿੰਗ ਹੁੰਦੀ ਹੈ। ਇਸ ਸਮੇਂ ਦੇ ਦੌਰਾਨ ਹੀ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ, ਕੋਈ ਬਹੁਤ ਜ਼ਿਆਦਾ ਲੰਮਾ ਸਮਾਂ ਨਹੀਂ ਇਹਨਾਂ ਨੂੰ ਹੋਇਆ ਇੱਥੇ ਸ਼ੁਰੂ ਕੀਤੇ। FIR ਵਗੈਰਾ ਦਰਜ ਹੋਇਆ ਰਿਕਾਰਡ ਦੇ ਵਿੱਚ? ਬਿਲਕੁਲ ਜੀ, ਪਰਚਾ ਦਰਜ ਹੋ ਰਿਹਾ ਇਹਦੇ 'ਤੇ, I think 32 ਨੰਬਰ FIR ਇਹਦੇ ਸੰਬੰਧੀ ਦਰਜ ਕੀਤੀ ਜਾ ਰਹੀ ਹੈ ਇਮਮੋਰਲ ਟ੍ਰੈਫਿਕ ਐਕਟ ਦੇ ਤਹਿਤ।